एक फैक्ट्री का फोरमैन जो तनखाह लैके घर जा रहा सी, उसनू रस्ते दे विच लुटेरे पै गए। पहला उसनू बुरी तरह कुटिया, फिर उस तो 20,000 अते सोने की अंगूठी लैके फरार हो गए। 5 तो 6 लुटेरिया दे वलों इस वारदात नू अंजाम दिता गया। तस्वीरां दे विच ए वी साफ दिस रहा कि जिथे ए लुट हुई वह कोई सुन्ना रस्ता नहीं, उत्थे दुकाना ने ते दुकाना ते ग्राहक आ जा रहे ने, पर किसी भी व्यक्ति ने इस फोरमैन की मदद नहीं की। लुटेरे अपना काम करते रहे, लोग तमाशा देखते रहे। फैक्ट्री तो छुट्टी तो बाद यह फोरमैन तनखाह लैके अपने घर जा रहा सी, जदों इसनू निशाना बनाया गया। नकाबपोश लुटेरिया ने एकदम आके हमला किया ते लुट करके फरार हो गए। दस दे कि पीड़ित सोहित घर दे विच इकला ही कमाउण वाला है, इसकी पत्नी गर्भवती है। अज इसनू तनखाह मिली सी जो लुटेरिया दे वलों लुटी गई। फैक्ट्री दे मालिक ने पुलिस अते सरकार नू इस घटना का जिम्मेवार दसिया। कोई वीडियो दिने है, जे कोई जानकारी दिने है, उहदे ते कारवाई नहीं होंदी। तो मेरी तुहाडे मीडिया दे माध्यम दे नाल पंजाब दे मुख्यमंत्री और पंजाब दे डीजीपी गौरव यादव जी नू बेनती है कि जनाब कि इस तरह दे जिहड़े मुलाजम तुसीं इस तरह दे एसएचओ और इस तरह दे डिप्टी तुसीं थाणियां दे विच लाए हुए है, जिन्हां ने कोई काम ही नहीं करना, तो इन्हां नू फिर कुर्सी ते बैठण दा भी अधिकार नहीं है। जे पंजाब दे विच व्यापारी सेफ नहीं है, जे पंजाब दे मजदूर सेफ नहीं है, तो पंजाब दे विच कौन सेफ है। तो मेरी तुहानू बेनती है कि इस तो पहला भी बड़ी घटनावां हुई हैं, उहदी भी जांच की जाए, अज की घटना की भी जांच की जाए, और जिहड़ी कि बनदी कार्रवाई है उहनां दे उत्ते लुट्टा खोहां करन वाले दे उत्ते की जाए। देखो बड़ी तकलीफ की गल है कि जदों वारदात हुई ਉੱਥੇ ਜਿੱਥੇ ਮੁੰਡਾ ਸੀ ਚੱਕ ਕੇ ਲਿਆਂਦਾ, ਜਿੱਦਾਂ ਹੀ ਮੈਨੂੰ ਪਤਾ ਲੱਗਾ ਮੈਂ 15-20 ਮਿੰਟ ਦੇ ਵਿੱਚ ਉੱਥੇ ਪਹੁੰਚ ਗਿਆ। ਉੱਥੋਂ ਮੁੰਡੇ ਨੂੰ ਦੇਖਿਆ, ਮੁੰਡੇ ਦੀ ਹਾਲਤ ਬੜੀ ਖਰਾਬ ਸੀ, ਜਿਸ ਤਰ੍ਹਾਂ ਦਾ ਮੁੰਡੇ ਨੂੰ ਅਸੀਂ ਉੱਥੋਂ ਚੱਕ ਕੇ ਲਿਆਂਦਾ। ਉਸ ਤੋਂ ਲਗਭਗ 1 ਘੰਟੇ ਅੱਧੇ ਘੰਟੇ ਬਾਅਦ ਉਸ ਮੁੰਡੇ ਨੂੰ ਅਸੀਂ ਹੌਸਪੀਟਲ ਲੈ ਕੇ ਆਏ, ਕਿਉਂਕਿ 15-20 ਮਿੰਟ ਦਾ ਰਸਤਾ ਸੀ ਉਹਨੂੰ ਲਿਆਂਦੇ ਨੂੰ। ਉੱਥੇ ਤਾਂ ਪੁਲਿਸ ਦੇ ਮੁਲਾਜ਼ਮ ਪਹੁੰਚੇ, ਲੇਕਿਨ SHO ਸਾਹਿਬ ਨਹੀਂ ਪਹੁੰਚੇ। SHO ਸਾਹਿਬ ਕਪੂਰ ਹੌਸਪੀਟਲ ਆਏ ਹੈ, ਔਰ ਇੱਥੇ ਵੀ 5-7 ਮਿੰਟ 10 ਮਿੰਟ ਖੜ੍ਹੇ ਹੋਏ ਆ। ਕਿਸੇ ਤਰ੍ਹਾਂ ਦੀ ਕੋਈ ਕਿਸੇ ਕੋਲੋਂ ਜਾਣਕਾਰੀ ਨਹੀਂ ਲਈ ਕੀ ਹੋਇਆ ਕਿੱਦਾਂ ਨਹੀਂ ਹੋਇਆ, ਮੁੜ ਕੇ ਕਿਸੇ ਤਰ੍ਹਾਂ ਦੇ ਨਜ਼ਰ ਨਹੀਂ ਆਏ। ਔਰ ਇਲਾਕੇ ਦਾ ਸੀਨੀਅਰ ਅਫਸਰ ਉੱਥੇ ਦਾ DSP ਹੁੰਦਾ ਹੈ, ਮੈਂ ਡਿਪਟੀ ਸਾਹਿਬ ਨੂੰ ਜਾਣਕਾਰੀ ਦਿੱਤੀ ਕਿ ਡਿਪਟੀ ਸਾਹਿਬ ਪਹਿਲਾਂ ਵੀ 15-20 ਦਰਖਾਸਤਾਂ ਅਸੀਂ ਦੇ ਚੁੱਕੇ ਹੋਏ ਹਾਂ, ਔਰ ਤੁਹਾਨੂੰ ਵੀ ਬੇਨਤੀ ਕਰ ਚੁੱਕੇ ਹੋਏ ਕਿ ਆਪਣੇ ਆਪ ਦੇ SHO ਨੂੰ ਕਹੋ, ਜਿਹੜਾ ਏਰੀਆ ਦਾ SHO ਆ, ਇੱਥੇ ਪੈਟਰੋਲਿੰਗ ਕਰੇ, ਸਾਡੀ ਗੱਡੀ ਲਵਾਓ। SHO ਸਾਹਿਬ ਕਿ ਡਿਪਟੀ ਸਾਹਿਬ ਕਹਿੰਦੇ ਆ ਮੈਂ ਕੀ ਕਰਾਂ, ਘਟਨਾਵਾਂ ਤਾਂ ਹੁੰਦੀਆਂ ਰਹਿਣੀਆਂ, ਮੈਂ ਕੀ ਕਰ ਸਕਦਾ। ਜੇ ਪੁਲਿਸ ਹੀ ਘਟਨਾਵਾਂ ਨੂੰ ਨਹੀਂ ਰੋਕੇਗੀ, ਪੰਜਾਬ ਦੀ ਲੋਅ ਐਂਡ ਆਰਡਰ ਦੀ ਸਥਿਤੀ ਨੂੰ, ਜਲੰਧਰ ਦੀ ਲੋਅ ਐਂਡ ਆਰਡਰ ਸਥਿਤੀ ਨੂੰ ਤੁਸੀਂ ਮੇਨਟੇਨ ਹੀ ਨਹੀਂ ਕਰ ਸਕਦੇ, ਫਿਰ ਤੁਹਾਨੂੰ ਕੁਰਸੀ ਤੇ ਰਹਿਣ ਦਾ ਵੀ ਅਧਿਕਾਰ ਨਹੀਂ। ਸਰ ਜਿਸ ਲੜਕੇ ਨਾਲ ਵਾਰਦਾਤ ਹੋਈ ਉਹਦਾ ਨਾਮ ਕੀ ਹੈ? ਉਸ ਲੜਕੇ ਨਾਲ, ਉਸ ਲੜਕੇ ਦਾ ਨਾਮ ਸੋਹਿਤ ਹੈ, ਸੋਹਿਤ ਕੁਮਾਰ ਹੈ। ਉਹ ਸਾਡੀ ਫੈਕਟਰੀ ਦੇ ਵਿੱਚ ਐਸੇ ਪੈਕਿੰਗ ਦਾ ਕੰਮ ਕਰਦਾ ਹੈ, ਠੀਕ ਹੈ, ਫੋਰਮੈਨ ਹੈ, ਉਹਦੇ ਕੋਲ ਮੁੰਡੇ ਕੰਮ ਕਰਦੇ ਹੈ। ਸੋ ਇਹ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਨੇ। ਤੁਹਾਨੂੰ ਲੱਗਦਾ ਕਿ ਜਿੱਦਾਂ ਪੁਲਿਸ ਲਾਪਰਵਾਹੀ ਵਰਤਦੀ ਹੈ, ਕਿੱਦਾਂ ਵਾਰਦਾਤਾਂ ਨੂੰ ਰੋਕਿਆ ਜਾਊਗਾ? ਦੇਖੋ ਲਗਭਗ 1.5-2 ਸਾਲ ਤਾਂ ਹੋ ਗਏ, 3-2.5 ਸਾਲ ਲਗਾਤਾਰ ਦਰਖਾਸਤਾਂ ਦਿੰਦੇ ਹਨ, ਅੱਜ ਤੱਕ ਇੱਕ ਵੀ ਘਟਨਾ ਤਾਂ ਇਹਨਾਂ ਕੋਲ ਟਰੇਸ ਹੋਈ ਨਹੀਂ। ਮੈਂ ਉਮੀਦ ਕਰਦਾ ਕਿ ਮੀਡੀਆ ਜਿਹੜਾ ਲੋਕਤੰਤਰ ਦਾ ਇੱਕ ਸਤੰਭ ਹੈ, ਤੁਹਾਡੇ ਮਾਧਿਅਮ ਦੇ ਨਾਲ ਇਹਨਾਂ ਨੂੰ ਥੋੜ੍ਹੀ ਜਿਹੀ ਸ਼ਰਮ ਆ ਜਾਵੇ, ਅਤੇ ਇਹ ਇਸ ਘਟਨਾ ਨੂੰ ਇੱਥੋਂ ਨੂੰ ਟਰੇਸ ਕਰ ਲੈਣ, ਤਾਂ ਕਿ ਇੱਥੇ ਜਿਹੜਾ ਹੈ ਕਿ ਸੇਫ ਹੋ ਜਾਵੇ। ਦੇਖੋ ਪੰਜਾਬ ਦੇ ਵਿੱਚ ਯੂਪੀ ਤੋਂ ਬਿਹਾਰ ਤੋਂ ਕਿਸੇ ਸਮੇਂ ਹੁੰਦਾ ਸੀ ਟ੍ਰੇਨਾਂ ਭਰ ਕੇ ਲੇਬਰ ਆਉਂਦੀ ਹੁੰਦੀ ਸੀ, ਅੱਜ ਜੋ ਸਥਿਤੀ ਇੱਥੇ ਦੀ ਹੋ ਗਈ ਹੈ, ਅਤੇ ਕੋਈ ਇੱਥੇ ਕੰਮ ਕਰਨ ਤਾਂ ਆਉਂਦਾ ਨਹੀਂ। ਜੇ ਕੋਈ ਕਰਨਾ ਚਾਹੁੰਦਾ ਹੈ, ਜੇ ਕੋਈ ਪੰਜਾਬ ਦੇ ਗੱਭਰੂ ਨੌਜਵਾਨ ਕਰਨੇ ਚਾਹੁੰਦੇ ਹੈ, ਤੇ ਉਹਨਾਂ ਨੂੰ ਇਹਨਾਂ ਨੇ ਕਰਨ ਨਹੀਂ ਦੇਣਾ। ਸੋ ਮੇਰੀ ਤੁਹਾਡੇ ਮਾਧਿਅਮ ਨਾਲ ਬੇਨਤੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਅੱਜ ਦੀ ਯੂਥ ਆ ਉਹਨਾਂ ਦਾ ਬਾਹਰ ਦਾ ਜਿਹੜਾ ਜਾਣ ਦਾ, ਵਿਦੇਸ਼ ਜਾਣ ਦਾ ਇਹੀ ਜਿਹੜਾ ਸਿਲਸਿਲਾ ਜਿਹੜਾ, ਕਿਉਂਕਿ ਲੁੱਟਾ ਖੋਹਾਂ ਪੰਜਾਬ ਦੇ ਵਧਦੀਆਂ ਵਾਰਦਾਤਾਂ ਵਧ ਗਈਆਂ? ਮੈਂ ਪੰਜਾਬ ਦਾ ਨੌਜਵਾਨ ਹਾਂ, ਪੰਜਾਬ ਦਾ ਗੱਭਰੂ ਹਾਂ ਜੀ। ਮੈਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਪੰਜਾਬ ਤੋਂ ਬਾਹਰ ਜਾਵਾਂ, ਮੈਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਾਂ। ਲੇਕਿਨ ਜੇ ਇਸ ਤਰ੍ਹਾਂ ਨਾਲ ਮੈਨੂੰ ਡਰ ਲੱਗੇਗਾ ਕਿ ਰਾਤੀ 9 ਵਜੇ ਪਤਾ ਨਹੀਂ ਕਿੰਨੇ ਦਾਤ ਮਾਰ ਦੇਣਾ, ਕਿੰਨੇ ਕਿਰਪਾਨ ਮਾਰ ਦੇਣੀ, ਕਿੰਨੇ ਗੋਲੀ ਮਾਰ ਦੇਣੀ, ਤਾਂ ਫਿਰ ਉੱਥੇ ਕੌਣ ਕੰਮ ਕਰੇਗਾ ਜੀ? ਇਹੀ ਵਜ੍ਹਾ ਜੀ, ਜਿਹੜੇ ਵਿਦੇਸ਼ ਵਿੱਚ ਲੋਕ ਜਾ ਰਹੇ ਆ ਜਾਂ ਮੁੰਡੇ ਯੂਥ ਜਾ ਰਹੀ ਹੈ, ਨੌਜਵਾਨ ਕਹਿੰਦਾ ਮੈਂ ਪੈਸੇ ਘੱਟ ਕਮਾ ਲਵਾਂ, ਆਪਣਾ ਜੀਵਨ ਤਾਂ ਬਚਾ ਲਵਾਂ। ਸਰ ਕਿੰਨਾ ਕੁ ਕੈਸ਼ ਲੈ ਗਏ ਨੇ? 20,000 ਰੁਪਇਆ ਸੀ ਉਹਦੇ ਕੋਲ ਜੀ, ਇੱਕ ਮੁੰਦੀ ਸੀ, ਉਹ ਵੀ ਉਹਦੀ ਖੋਲੀ ਹੈ, 20,000 ਰੁਪਇਆ ਸੀ, ਔਰ ਮਾਰ ਮਾਰ ਕੇ ਉਹਦੀ ਹਾਲਾਤ ਇੱਦਾਂ ਦੇ ਉਹਦੇ ਖਰਾਬ ਕਰਤੇ, ਬੜੀ ਮੁਸ਼ਕਲ ਨਾਲ ਸੀ ਉਹਨੂੰ ਚੱਕ ਕੇ ਲਿਆਏ ਹੈ। ਸਰ ਕੋਈ ਇੱਥੇ ਦੂਸਰੀ ਤਕਲੀਫ ਦੀ ਗੱਲ ਇਹ ਹੈ ਜਿਹੜੀ ਮੈਂ ਤੁਹਾਨੂੰ ਮੀਡੀਆ ਨੂੰ ਦੱਸਣਾ ਚਾਹੁੰਦਾ ਕਿ ਉਹਦੀ ਧਰਮ ਪਤਨੀ ਪ੍ਰੈਗਨੈਂਟ ਹੈ, 7ਵੇਂ ਮਹੀਨੇ ਦੇ ਵਿੱਚ ਹੈ, ਠੀਕ ਹੈ, ਔਰ ਉਹ ਵਿਚਾਰਾ ਆਪ ਵੀ ਲੰਮੇ ਪੈ ਗਿਆ, ਔਰ ਇੱਥੇ ਕਮਾਉਣ ਲਈ ਆਇਆ ਸੀ, ਔਰ ਕਮਾਉਣ ਲਈ ਆਇਆ ਸੀ, ਅੱਜ ਉਹਦੇ ਹਾਲ ਛੇਤੀ ਹੋ ਗਏ।